ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੋਨਾਲੀਕਾ DI-60 ਟਰੈਕਟਰ। ਟਰੈਕਟਰ ਬਿਲਕੁਲ ਸਾਂਭ ਕੇ ਰੱਖਿਆ ਹੋਇਆ ਵੀਰ ਦਾ, ਦੇਖ ਸਕਦੇ ਹੋ ਤੁਸੀਂ। ਅਤੇ ਟਰੈਕਟਰ ਦੇ ਜਿਹੜੇ ਚਾਰੇ ਟਾਇਰ ਨੇ ਜਮ੍ਹਾਂ ਅਣਲੱਗ ਪਾਏ ਹੋਏ ਨੇ, ਬਿਲਕੁਲ ਹੀ ਨਵੇਂ ਟਾਇਰ ਨੇ। ਫਰੰਟ ਟਾਇਰ ਵੀ ਦੇਖ ਸਕਦੇ ਹੋ ਤੁਸੀਂ, ਬੈਕ ਟਾਇਰ ਦਿਖਾ ਦਿੰਦੇ ਹਾਂ ਤੁਹਾਨੂੰ। ਇੰਜਣ ਕੰਡੀਸ਼ਨ ਆ ਜਿਹੜੀ ਓਕੇ ਆ। ਬੈਕ ਟਾਇਰ ਦੇਖ ਸਕਦੇ ਹੋ ਦੋਸਤੋ, ਬਿਲਕੁਲ ਨਵੇਂ ਪਾਏ ਹੋਏ ਨੇ ਟਰੈਕਟਰ ਦੇ ਫਰੰਟ ਅਤੇ ਬੈਕ ਟਾਇਰ। ਸਾਈਡ ਗੇਅਰ ਕੀਤਾ ਹੋਇਆ ਟਰੈਕਟਰ ਦੇ, ਉਸ ਤੋਂ ਦੇਖ ਸਕਦੇ ਹੋ ਤੁਸੀਂ। ਮਗਰਾੜ ਅੰਦਰਲੀ ਸਾਈਡੋਂ ਦੇਖ ਸਕਦੇ ਹੋ, ਬਿਲਕੁਲ ਸਾਫ ਪਏ ਨੇ ਟਰੈਕਟਰ ਦੇ। ਇਹ ਟਰੈਕਟਰ ਦੋਸਤੋ ਡੰਡਾ ਡਰਾਵਲ ਸਮੇਤ ਆ ਜੀ। ਪਿੱਛੇ ਤੋਂ ਹਿੱਸਾ ਵਗੈਰਾ ਦੇਖ ਸਕਦੇ ਹੋ ਟਰੈਕਟਰ ਦਾ, ਬਿਲਕੁਲ ਸਾਫ ਪਿਆ ਗਾ। ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਦੋਸਤੋ, ਟਰੈਕਟਰ ਸਾਈਡ ਗੇਅਰ ਕੀਤਾ ਹੋਇਆ, ਚਾਰੇ ਟਾਇਰ ਆ ਜਿਹੜੇ ਟਰੈਕਟਰ ਦੇ ਬਿਲਕੁਲ ਨਵੇਂ ਨੇ, ਅਤੇ ਡਿਸਟ੍ਰੀਬਿਊਟਰ ਟਰਾਲੀ ਵਾਲਾ ਅੱਡ ਲੱਗਿਆ ਹੋਇਆ। ਲੇਟੈਸਟ ਟੈਕਨੋਲੋਜੀ ਨਾਲ ਅਪਡੇਟ ਕੀਤਾ ਹੋਇਆ ਟਰੈਕਟਰ। ਰੰਗ ਪੇਂਟ ਆ ਜਿਹੜਾ ਸਾਰਾ ਟਰੈਕਟਰ ਦਾ ਓਰਿਜਨਲ ਆ, ਦੇਖ ਸਕਦੇ ਹੋ ਦੋਸਤੋ ਤੁਸੀਂ। ਇੰਜਣ ਅਤੇ ਗੇਟ ਦਾ ਬਿਲਕੁਲ ਓਕੇ ਆ ਟਰੈਕਟਰ। ਜੇ ਦੋਸਤੋ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ 2004। ਜਿਹੜੀ ਡਿਮਾਂਡ ਆ ਟਰੈਕਟਰ ਦੀ ਇਹਨਾਂ ਵੀਰਾਂ ਨੇ ਰੱਖੀ ਹੈਗੀ 2,98,000 ਰੁਪਏ। ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ। PV ਨੰਬਰ ਦੇ ਵਿੱਚ ਆ ਜੀ ਟਰੈਕਟਰ। ਧੰਨਵਾਦ ਜੀ।